ਵਿੱਚ ਜਿਸ ਵਿੱਚ ਅਗਲੇ ਗੁਰੂ ਸਾਹਿਬਾਨਾਂ ਬਾਰੇ ਅਸੀਂ ਅੱਜ ਜਾਣਕਾਰੀ ਹਾਸਲ ਕਰਾਂਗੇ। ਅਗਲੇ ਗੁਰੂ ਸਾਹਿਬਾਨ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਦਾ ਜੋ ਜੀਵਨ ਹੈ ਉਹ 1606 ਤੋਂ 1645 ਈਸਵੀ ਦੇ ਵਿੱਚ ਦਾ ਜੋ ਸਮਾਂ ਹੈ ਉਸਨੂੰ ਅਸੀਂ ਅੱਜ ਸਟੱਡੀ ਕਰਨਾ ਹੈ ਡਿਟੇਲ ਦੇ ਵਿੱਚ, ਠੀਕ ਹੈ। ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈਗੀ ਹੈ 1606 ਦੇ ਵਿੱਚ, ਅਤੇ ਜਦੋਂ 1606 ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਹਨ ਉਹ ਗੱਦੀ ਉੱਪਰ ਬੈਠਦੇ ਹਨ, ਅਤੇ 1645 ਤੱਕ ਇਹ ਗੱਦੀ ਉੱਤੇ ਰਹਿ ਕੇ ਧਰਮ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਜਿਹੜਾ ਯੋਗਦਾਨ ਹੈ ਉਹ ਦਿੰਦੇ ਹਨ। ਸਭ ਤੋਂ ਪਹਿਲਾ ਕੰਮ ਤਾਂ ਇਹਨਾਂ ਦੁਆਰਾ ਮੀਰੀ ਪੀਰੀ ਦੀ ਨੀਤੀ ਨੂੰ ਅਪਣਾਇਆ ਜਾਂਦਾ ਹੈ। ਮੀਰੀ ਪੀਰੀ ਦੀ ਨੀਤੀ ਮਤਲਬ ਹੁੰਦਾ ਹੈ ਜਿਸ ਦੇ ਵਿੱਚ ਇਹਨਾਂ ਦੇ ਦੁਆਰਾ ਸੰਸਾਰ ਦੇ ਨਾਲ ਨਾਲ ਅਧਿਆਤਮਿਕ ਵਿਕਾਸ ਦੇ ਉੱਤੇ ਵੀ ਜਿਹੜਾ ਜ਼ੋਰ ਹੈ ਉਹ ਦਿੱਤਾ ਜਾਂਦਾ ਹੈ। ਮੀਰੀ ਮਤਲਬ ਸੰਸਾਰਿਕ ਵਿਕਾਸ, ਸੰਸਾਰਿਕ ਵਿਕਾਸ ਕਿਸ ਤਰ੍ਹਾਂ ਦਾ, ਜਿਹਦੇ ਵਿੱਚ ਨਾਲ ਹੀ ਸ਼ਹਿਣ ਛਾਵਾਂ ਵਰਗਾ ਜਿਹੜਾ ਜੀਵਨ ਹੈ ਉਹਨਾਂ ਨੇ ਬਿਤਾਉਣਾ ਸ਼ੁਰੂ ਕਰ ਦਿੱਤਾ। ਮੀਰੀ ਅਤੇ ਪੀਰੀ ਨਾਮਕ ਜਿਹੜੀਆਂ ਦੋ ਤਲਵਾਰਾਂ ਗੁਰੂ ਸਾਹਿਬ ਦੁਆਰਾ ਧਾਰਨ ਕੀਤੀਆਂ, ਇਹਦੇ ਨਾਲ ਸਿੱਖ ਧਰਮ ਦੇ ਵਿੱਚ ਇੱਕ ਨਵੀਂ ਜਿਹੜੀ ਪੈੜ ਹੈ ਉਹ ਸ਼ੁਰੂ ਹੋਈ ਸੀ। ਮੀਰੀ ਮੀਰੀ ਦਾ ਕੀ ਮਤਲਬ ਹੋਇਆ? ਮੀਰੀ ਦਾ ਮਤਲਬ ਹੁੰਦਾ ਹੈ ਸੰਸਾਰਿਕ ਜੀਵਨ। ਹੁਣ ਸੰਸਾਰਿਕ ਜੀਵਨ ਆਮ ਸੰਸਾਰਿਕ ਜੀਵਨ ਨਹੀਂ ਰਹੇਗਾ, ਇਹਦੇ ਵਿੱਚ ਅਸੀਂ ਸ਼ਹਿਨਸ਼ਾਹ ਵਾਹਾਂ ਵਰਗਾ ਜੀਵਨ ਜਿਹੜਾ ਹੈ ਉਹ ਉਹਨਾਂ ਨੇ ਸ਼ਹਿਨਸ਼ਾਹਾਂ ਦੀ ਜੋ ਜੀਵਨ ਜਾਂਚ ਸੀ ਉਸ ਨੂੰ ਉਹਨਾਂ ਨੇ ਇਸ ਪੈੜ ਦੇ ਥਰੂ ਅਪਣਾਇਆ, ਠੀਕ ਹੈ। ਅਗਲਾ ਆਉਂਦਾ ਹੈ ਪੀਰੀ, ਅਤੇ ਪੀਰੀ ਦੇ ਵਿੱਚ ਉਹਨਾਂ ਨੇ ਅਧਿਆਤਮਿਕ ਉੱਚਤਾ 'ਤੇ ਜ਼ੋਰ ਦਿੱਤਾ। ਮਤਲਬ ਤੁਸੀਂ ਆਪਣੀ ਅਧਿਆਤਮਿਕ ਉੱਚਤਾ ਦੇ ਨਾਲ ਨਾਲ ਆਪਣਾ ਜੋ ਸੰਸਾਰਿਕ ਵਿਕਾਸ ਹੈਗਾ ਆ ਉਹ ਵੀ ਕਰ ਸਕਦੇ ਹੋ। ਇਸ ਨੀਤੀ ਦੇ ਅਕੋਰਡਿੰਗ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਸੀ। ਇਸ ਨਾਲ ਕੀ ਹੋਇਆ? ਸਿੱਖ ਧਰਮ ਵਿੱਚ ਨਿਡਰਤਾ ਦਾ ਜਿਹੜਾ ਇੱਕ ਨਵਾਂ ਲੈ ਸੀ, ਨਿਡਰਤਾ ਦੀ ਅਤੇ ਆਤਮ ਵਿਸ਼ਵਾਸ ਦੀ, ਉਹ ਸਿੱਖਾਂ ਦੇ ਵਿੱਚ ਭਰ ਗਈ। ਹੁਣ ਸਿੱਖ ਜਿਹੜੇ ਸੀਗੇ ਉਹ ਕਮਿਊਨਿਟੀ ਜਿਹੜੀ ਸੀ ਅੱਗੇ ਨਾਲੋਂ ਨਿਡਰ ਹੋ ਗਈ ਸੀ। ਭਾਵੇਂ ਅਸੀਂ ਕਹਿੰਦੇ ਹਾਂ ਕਿ ਪੂਰੀ ਤਰ੍ਹਾਂ ਜੇਕਰ ਅਸੀਂ ਦੇਖੀਏ ਕਿ ਇਹ ਲੋਕ ਜਿਹੜੇ ਸਨ ਇਹ ਨਿਡਰ ਕਦੋਂ ਹੋਏ ਸਨ, ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਯਾਦ ਕਰਦੇ ਹਾਂ, ਲੇਕਿਨ ਨਹੀਂ, ਉਹਨਾਂ ਤੋਂ ਪਹਿਲਾਂ ਇਹਦੀ ਜਿਹੜੀ ਨੀਂਹ ਸੀਗੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖ ਦਿੱਤੀ ਸੀ। ਉਸ ਤੋਂ ਬਾਅਦ ਥਾਂ ਥਾਂ 'ਤੇ ਜਾ ਕੇ ਇਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ। ਮਤਲਬ ਜੇਕਰ ਇਹਨਾਂ ਨੇ ਸਿੱਖਾਂ ਨੂੰ ਅੱਛਾ ਜੀਵਨ ਜਿਉਣ ਵਾਸਤੇ ਪ੍ਰੇਰਿਆ, ਅਤੇ ਨਾਲ ਦੀ ਨਾਲ ਇਹਨਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ, ਧਰਮ ਦੇ ਵਿਕਾਸ ਲਈ ਜਿੰਨੇ ਵੀ ਕਾਰਜ ਇਹਨਾਂ ਕੋਲ ਹੋ ਸਕੇ ਇਹਨਾਂ ਨੇ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਜੋ ਹੈ ਉਸਦੀ ਵੀ ਸਥਾਪਨਾ ਕਰਵਾਈ ਗਈ ਸੀ, ਠੀਕ ਹੈ। ਅਤੇ ਅਕਾਲ ਤਖ਼ਤ ਦੀ ਜੇ ਆਪਾਂ ਗੱਲ ਕਰੀਏ ਤੇ ਅਕਾਲ ਤਖ਼ਤ ਸਾਹਿਬ ਬਿਲਕੁਲ ਹਰਿਮੰਦਰ ਸਾਹਿਬ ਦੇ ਸਾਹਮਣੇ ਇਸਦੀ ਉਸਾਰੀ ਕਰਵਾਈ ਗਈ ਸੀ, ਅਤੇ ਕਾਫ਼ੀ ਉੱਚਾ ਤਖ਼ਤ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਉੱਥੇ ਬੈਠਦੇ ਸਨ ਤਾਂ ਜਿਹੜਾ ਉਹਨਾਂ ਦੀ ਨਜ਼ਰ ਸੀ ਉਹ ਹਰਿਮੰਦਰ ਸਾਹਿਬ ਦੇ ਅੰਦਰ ਪਏ ਆਦਿ ਗ੍ਰੰਥ ਦੇ ਉੱਤੇ ਪੈਂਦੀ ਸੀ, ਜਿਸ ਕਰਕੇ ਜੋ ਵੀ ਫੈਸਲਾ ਲਿਆ ਜਾਂਦਾ ਸੀ ਉਸ ਨੂੰ ਅਕਾਲ ਪੁਰਖ ਦਾ ਫੈਸਲਾ ਜੋ ਸੀ ਮੰਨਿਆ ਜਾਂਦਾ ਸੀ, ਠੀਕ ਹੈ। ਅਤੇ ਜਿਹੜਾ ਤਖ਼ਤ ਬਣਾਇਆ ਗਿਆ ਸੀ ਇੱਥੇ ਇਸ ਜਗ੍ਹਾ 'ਤੇ ਢਾਡੀ ਵਾਰਾਂ ਜਿਹੜੀਆਂ ਸਨ ਉਹਨਾਂ ਨੂੰ ਗਾਉਣ ਦਾ ਆਦੇਸ਼ ਦਿੱਤਾ ਗਿਆ। ਜੇਕਰ ਆਪਾਂ ਗੱਲ ਕਰਦੇ ਹਾਂ ਹਰਿਮੰਦਰ ਸਾਹਿਬ ਦੀ, ਤਾਂ ਜੋ ਹਰਿਮੰਦਰ ਸਾਹਿਬ ਅੱਜ ਦੀ ਟਾਈਮ 'ਚ ਅਸੀਂ ਦੇਖਦੇ ਹਾਂ, ਜਿੱਥੇ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦਾ ਸਰੂਪ ਦਾ ਜੋ ਪ੍ਰਕਾਸ਼ ਹੈ ਉੱਥੇ ਸਿਰਫ ਕੀਰਤਨ ਕੀਤਾ ਜਾਂਦਾ ਹੈ। ਕੀਰਤਨ ਵੀ ਉਹ ਕੀਰਤਨ ਕੀਤਾ ਜਾਂਦਾ ਹੈ ਜਿਹਦੇ ਵਿੱਚ ਸਾਰੀਆਂ ਜੋ ਤੁੱਕਾਂ ਹਨ ਜਾਂ ਜਿੰਨੇ ਵੀ ਕੀਰਤਨ ਉੱਥੇ ਗਾਇਆ ਜਾਏਗਾ ਜਾਂ ਜੋ ਵੀ ਕੀਰਤਨ ਦੇ ਵਿੱਚ ਜੋ ਸ਼ਬਦ ਬੋਲੇ ਜਾਣਗੇ ਉੱਥੇ ਉਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਹੋਣ ਦਾ ਪ੍ਰਮਾਣ ਹੈ। ਲੇਕਿਨ ਜੋ ਅਕਾਲ ਤਖ਼ਤ ਸਾਹਿਬ ਵਿੱਚ ਜੋ ਢਾਡੀ ਵਾਰਾਂ ਚੱਲਦੀਆਂ ਹਨ ਉਹ ਉਸਦੀ ਜੋ ਲੈਅ ਹੈ ਇਹਨਾਂ ਨਾਲੋਂ ਥੋੜ੍ਹੀ ਅਲੱਗ ਹੈ। ਉਹ ਸਿੱਖਾਂ ਵਿੱਚ ਉਤਸ਼ਾਹ ਭਰਨ ਲਈ ਜਿਹੜੀ ਸੀਗੀ ਉੱਥੇ ਚਲਾਈ ਗਈ ਰੀਤ ਸੀ, ਠੀਕ ਹੈ। ਨੈਕਸਟ, ਗੁਰੂ ਸਾਹਿਬ ਦੁਆਰਾ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਹਨ ਉਹ ਧਾਰਨ ਕੀਤੀਆਂ ਗਈਆਂ ਸੀ, ਠੀਕ ਹੈ। ਕਿਉਂਕਿ ਇਸ ਤੋਂ ਪਹਿਲੇ ਜਿੰਨੇ ਵੀ ਗੁਰੂ ਸਨ ਉਹ ਸਿਰਫ ਅਧਿਆਤਮਿਕ ਰਹਿਨੁਮਾਈ ਕਰਦੇ ਸਨ, ਪਰ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਸੀ ਉਹ ਕਹਿੰਦੇ ਸੀ ਕਿ ਮੌਕੇ ਦੇ ਨਾਲ ਨਾਲ ਸਾਨੂੰ ਆਪਣਾ ਆਪ ਵੀ ਜੋ ਹੈ ਬਦਲਣਾ ਚਾਹੀਦਾ ਹੈ, ਅਤੇ ਨਿਡਰਤਾ ਅਤੇ ਆਤਮ ਵਿਸ਼ਵਾਸ ਦੇ ਗੁਣ ਜਿਹੜੇ ਹਨ ਸਿੱਖ ਕੌਮ ਦੇ ਜਿਹੜੇ ਹੈ ਮੇਨ ਜਿਹੜੀ ਪਾਵਰ ਹੈ ਉਹ ਮੰਨੇ ਜਾਣਗੇ। ਇਸੇ ਲਈ ਉਹਨਾਂ ਨੇ ਮੀਰੀ ਦੀ ਤਲਵਾਰ ਜਿਹੜੀ ਸੀ ਉਹ ਪਾਈ ਸੀ। ਮੀਰੀ ਮਤਲਬ ਸੰਸਾਰਿਕ ਵਿਸ਼ਿਆਂ ਦਾ ਚਿੰਨ੍ਹ ਅਤੇ ਪੀਰੀ ਦੀ ਤਲਵਾਰ ਮਤਲਬ ਧਾਰਮਿਕ ਰਹਿਨੁਮਾਈ। ਇਸ ਦਾ ਸਿੱਖ ਇਤਿਹਾਸ ਦੇ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਿਆ। ਅਗਲਾ ਹੈ ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ।
गुरु हरगोबिंद साहिब जी ने उन्हां दी जो माला सी उन्हूं छड़ दिता ते दो तलवारां पैणियां। सेली बोलिया जाता है, सेली जिहड़ी उन्हां दी माला है उसनूं सेली कहिंदे हन। इस तों पहले जिन्ने भी गुरु साहिबान सन सेली रखदे सन को इन्हां ने दो तलवारां पा लईआं। उस तों इलावा सीस उत्ते कलगी लाउणा सब तों पहलां गुरु हरगोबिंद साहिब जी द्वारा शुरू कीता गया। अपने उन्हां द्वारा 52 अंग रखियां जो सी ओह रखे गए सन। उस तो बाद पूरी राजसी ठाठ के नाल रहिंदे सन। तो उन्होंने एक टाइटल भी लिया होया सीगा सच्चा पातशाह। सच्चे पातशाह का टाइटल लैण वाले पहले सिख गुरु जिहड़े हन उह मन्ने जांदे हन। लेकिन जेकर आपां पातशाह दी उपाधि दी गल करदे हां कि पातशाह का टाइटल किसदा है, तो पातशाह का टाइटल जो सी ओह गुरु अर्जन देव जी पास सी। पातशाह का टाइटल गुरु अर्जन देव जी पास सी। उस तो इलावा गुरु अर्जन देव जी नूं शहीदां दे सरताज दे नाम नाल भी जाणिया जांदा है। ते सच्चा पातशाह दा टाइटल जो है ओह गुरु हरगोबिंद साहिब। गुरु साहिब द्वारा घोड़िया ते शस्त्रां दी जिहड़ी भेटा हैगी आ उस नूं उत्साहित कीता गया। गुरु हरगोबिंद साहिब ने सिखां नूं जिहड़ा है सुनेहा भेजिया गया सीगा सिखां नूं, ते जिहड़े गुरु साहिब दे हुकमनामे सी जां गुरु साहिब द्वारा जो भी हुक्म दित्ता गया सी उह मसंदा दे थ्रू सिखां वल भेजिया जांदा सी, जिस विच सिखां नूं बोलिया गया कि धन दी थां घोड़िया ते शस्त्रां दी जिहड़ी भेटा है ओह गुरु साहिब कोल लै के आंदी जावे, तां कि गुरु साहिब दी जो जो उहनां दी शस्त्र शक्ति है जां फिर असीं कह सकदे हां जो उहनां दी सैनिक शक्ति है उहदे विच वाधा हो सके। अगला है सिख सेना का संगठन। गुरु साहिब जी के कोल 52 अंग रखे सन। उस तो इलावा उन्होंने माझा दुआबा मालवा के बहुत सारे नौजवानों अपनी सेना के रखना शुरू कर दिता। फिर गुरु साहिब ने उन्होंने एक एक घोड़ा तो एक एक शस्त्र दिता। उस तो बाद उन्होंने शस्त्र विद्या की सिक्ख्या भी दी गई। सारे सिखा 500 सिखा अगे 5 जथियां वंड दिता गया, जिदे भाई विधि चंद, पिराना, जेठा, पेरा, लंगा, ये सारे जिहड़े सीगे गुरु साहिब दे चंगे वधिया सेनापति सन। इस तों इलावा गुरु साहिब बिना किसी जाति भेदभाव के पठाणा नूं भी अपने सेना विच भर्ती करदे सन। ठीक है, इन्हां विचों एक पठान सी जिसका नाम पेंदा खान सी। ठीक है, चाहे पेंदा खान ने गुरु साहिब नूं बाद विच धोखा दिता पर फिर भी गुरु साहिब ने बिना किसी भेदभाव के उसनूं अपनी सेना दे विच शामिल कीता। अगला है गुरु साहिब के रोजाना जीवन में परिवर्तन। हम गुरु साहिब के रोजाना जीवन में भी परिवर्तन हो गया। इस तो पहले जिन्हें भी गुरु साहिबान होए सन वह की करते सन, सवेरे उठते सन, इशनान करके अपना जो अध्यात्मिक विकास है उस वाल जरा ध्यान देते सन, मतलब नाम भगती वाल जुट जाते सन। लेकिन गुरु साहिब ने की किया, शाही ढंग के नाल जिहड़ा है वो सजना शुरू कर दिता। लंगर की सेवा वाल भी जाते सन, उहदा भी ध्यान रखा जाता सी। उस तो बाद गुरु साहिब शिकारी कुत्तियां ते बाजां दे नाल शिकार करन जाते सन। फिर उन्होंने द्वारा अब्दुल ते नत्था मल जिहड़े ढाडी हन उन्होंने वीर रसां गाउण लई भी उत्साहित किया जाता सी। एक संगीत मंडली स्थापित की गई सी तां जो रात नूं लोकां मशानां दीआं रोशनियां दे नाल हरिमंदर साहिब की जी परिक्रमा के उच्ची सुर के जो भजन हैं वह गाए जान, जो शब्द हैं वह गाए जाने जिन्हों सिखा एक विशेष उत्साह जो कि भर जाता। अकाल तख्त साहब की उसारी करवाई गई। अकाल तख्त साहब का क्वेश्चन आता है कि अकाल तख्त साहब जो है एक कितने स्थित है, ये अमृतसर में हरिमंदर साहब के सामने स्थित है। ये एक 12 फुट उच्चे खड़े का निर्माण जो कि गुरु साहिबान द्वारा करवाया गया। उस तो बाद गुरु साहिब इत्थे बैठ के सिख धर्म के नाल संबंधित जिन्हें भी फैसले से वह करते सन, राजनीतिक फैसले हो चाहे समाजिक फैसले, सारे ही फैसलों का जो सिट्टा है ये अकाल तख्त साहिब बैठ के कढ़िया जाता से। उस तो इलावा सिखां नूं शस्त्र वंडते सन, ढाडियां तो वीर रसी गारा सुन वारा सुनते सन, उन्हां नूं इनाम भी दिता जाता से। उस तो इलावा सिखां दे अखाड़े दे जो प्रबंध है वह भी किया गया से, तां जो उत्थे अपनी कसरत जो है वह कर सकते। एक तरह का जो अब देखा जाए तो जो अकाल तख्त साहब का निर्माण से असल दे विच मुगल पातशाह की शक्ति नूं एक वंगार सी। कि यह वंगार क्यों दिती गई सी, इस करके दिती गई सी क्योंकि मुगलों के द्वारा 5वें पातशाह श्री गुरु अर्जन देव जी नूं शहीद किया गया सी, ते उस दे खिलाफ एक तरह का
जवाब दिता गया सीगा मुगल बादशाह नूं। अगले गुरु साहब हरगोबिंद साहब जी द्वारा अमृतसर शहर की किलाबंदी भी करवाई जाती है। अमृतसर के चार छुफेरे एक वड्डी कंध उसरवाई जाती है। उस तो इलावा लोहगढ़ नामी किले की उसारी करवाई जाती है शहर के विच अते नाल दी नाल उत्थे गुरु साहिबान द्वारा सैनिक समान जो है वह भी रखा जाता है। गुरु अर्जन देव जी की शहीदी तो बाद गुरु जो सिखा एक नव जीवन जोड़ा हैगा वह गुरु हरगोबिंद साहब जी द्वारा दिता गया। गुरु हरगोबिंद साहब जी ने सिख धर्म के संगठन लिए बहुत सारे जो कार्य किए सन। अक्टूबर 1627 जहांगीर की मौत हो जाती है। उस तो बाद शाहजहां जो है वह गद्दी पर बैठता है। शाहजहां के नाल गुरु हरगोबिंद साहब के संबंध जो सन इन्ने वधिया नहीं सन, जल्दी ही संबंध जोड़े से बिगड़ जाते हैं। तो गुरु साहब द्वारा अमृतसर लहरा करतारपुर की जो लड़ाइया सन वो इन्होंने लड़निया पी। गुरु साहब इस तो इलावा सिख धर्म के प्रचार के संगठन लिए होर भी बहुत सारे जो कार्य करते हैं, जिस तरह कीरतपुर साहब निवास किया उन्होंने द्वारा अपनी जिंदगी के लास्ट समय में। गुरु हरगोबिंद साहब जी का एक भगत सी जिन्होंने उन्होंने कुछ जमीन जी भेटा की, जिसे गुरु हरगोबिंद साहब जी द्वारा कीरतपुर शहर जो है उसकी उसारी करवाई गई है। तो 1635 इस शहर के उन्होंने द्वारा निवास किया गया से। अपनी जिंदगी के 10 साल धर्म का प्रचार करद्या उन्होंने इस जगह पर ही बिताए। गुरु साहब जी जब धार्मिक यात्रावान की गल करते हैं तो गुरु साहब जहांगीर के द्वारा किले ग्वालियर के किले के जो है और बंद कर दिया गया से, लेकिन बल जल्दी ही जहांगीर को अपनी गलती का एहसास होता है और गुरु साहब को उतों बाहर निकालिया जाता है। लेकिन जब गुरु साहब बाहर आते हैं तो अपने नाल 52 जो उन्होंने राजे सुमित्र राजे सन उन्होंने भी गुरु साहब अपने नाल बाहर लैके आते हैं। इस तरह गुरु साहब आप तो रिहा होंगे हैं, नाल 52 राजों भी रिहा करवाते हैं। इस चीज़ में गुरु असी इतिहास के बहुत माण के नाल याद करते हैं। इस दिन याद करके सिख जो हैं वो दिवाली मनाते हैं अमृतसर, क्योंकि जो गुरु साहब रिहा होकर आते हैं उस समय सिखा के द्वारा अमृतसर में दीपमाला की जाती है। तो इस दिन याद करने के लिए अज भी अमृतसर के दिवाली बहुत धूमधाम के नाल मनाई जाती है। उस तो इलावा गुरु अर्जन देव जी के द्वारा गुरु अर्जन देव जी की याद में गुरु हरगोबिंद साहब द्वारा गुरुद्वारा डेरा साहब जो है बनवाया गया से। उस तो इलावा गुरु साहेब गुजरांवाला पिंबर तो घूमे हुए कश्मीर गए, उत्थे भी इन्होंने सिख धर्म का जरा काफ़ी ज़्यादा प्रचार किया, बहुत सारे सिख लोगों अपना अनुयायी बनाया। इस तो इलावा भाई सेवादास जी उन्होंने द्वारा संगत का मुखी भी नियुक्त किया गया। मतलब कि जेकर गल करिए सिख संगत के संगठन वास्ते बहुत सारे कार्य जो से वह गुरु हरगोबिंद साहब जी के द्वारा किए गए। गुरु साहब ननकाना साहब भी गए, उस तो बाद नानक मता गोरख जिसनों असं गोरख मता भी कहते हैं उत्थे भी उन्होंने कुछ समा बिताया। उस तो बाद पंजाब के मालवे खेत्र गए, तख्तपुरा डोली भाई जेड़ा जो फिरोजपुर है उत्थे भी रहे। उस तो बाद सारी जगह पर होंगे हुए वापिस अमृतसर चले गए। तो इन जगह पर होंगे हुए वो धर्म का जो प्रचार है वह करते। 1635 ईस्वी तक युद्धा में रुझे रहते हैं। तो उस तो बाद इन्होंने जोड़े व्डे सपुत्र सन बाबा गुरदित्ता जी उन्होंने धर्म प्रचार के लिए जोड़ा से नियुक्त कर दिया जाता है। बाबा गुरदित्ता जी की करते हैं अपने अगे चार मुख सेवादार जो हैं उन्होंने अपॉइंट करते हैं, जिन्होंने अलमस्त फूल गड्ढा बाल हसना जोड़े सन ये मेन सन। इन्हों धर्म प्रचार एक मेन प्रचारक के वजो जोड़ा है वो नियुक्त किया जाता है। उस तो बाद अलमस्त जो से नानक मता ढाका के प्रचार करता है। गंडा तो फूल जो है वह दुआबे इलाके प्रचार करते हैं, दुआबे के मालवे के इलाके। बाल हुसना के द्वारा कश्मीर हजारा के पोटोहार के जो इलाके हैं इन्होंने धर्म प्रचार किया जाता है। इस तो अलावा गुरु हरगोबिंद साहब जी के द्वारा भाई विधि चंद जी बंगाल के भाई गुरदास जी
ਕਾਬਲ ਦੇ ਵਿੱਚ ਤੇ ਉਸ ਤੋਂ ਪਿੱਛੋਂ ਬਨਾਰਸ ਦੇ ਵਿੱਚ ਧਰਮ ਪ੍ਰਚਾਰ ਦੇ ਲਈ ਭੇਜਿਆ ਜਾਂਦਾ ਹੈ। ਜਦੋਂ ਗੁਰੂ ਸਾਹਿਬ ਦਾ ਅੰਤ ਸਮਾਂ ਨੇੜੇ ਆ ਰਿਹਾ ਸੀ ਤਾਂ ਉਹਨਾਂ ਦੇ ਦੁਆਰਾ ਗੁਰੂ ਹਰਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਜੋ ਹੈ ਉਹ ਥਾਪ ਦਿੱਤਾ ਜਾਂਦਾ। ਹੁਣ ਗੁਰੂ ਹਰਰਾਏ ਜੀ ਕੌਣ ਸਨ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਸਨ, ਬਾਬਾ ਗੁਰਦਿੱਤਾ ਜੀ। ਤੇ ਅੱਗੋਂ ਬਾਬਾ ਗੁਰਦਿੱਤਾ ਜੀ ਦੇ ਬੇਟੇ ਸਨ ਗੁਰੂ ਹਰਰਾਏ ਜੀ, ਮਤਲਬ ਉਹਨਾਂ ਨੇ ਆਪਣੇ ਪੋਤਰੇ ਨੂੰ ਜੋ ਗੱਦੀ ਹੈ ਉਹ ਦੇ ਦਿੱਤੀ ਸੀ। ਉਸ ਤੋਂ ਬਾਅਦ ਵਿੱਚ ਆਪਣੇ ਪੋਤਰੇ ਨੂੰ ਗੱਦੀ ਦੇਣ ਤੋਂ ਬਾਅਦ ਗੁਰੂ ਸਾਹਿਬ ਜੋ ਸਨ ਉਹ ਜੋਤੀ ਜੋਤ ਸੰਭਾਲ ਰਹੇ ਸੀ। ਠੀਕ ਹੈ, ਇਸ ਤੋਂ ਇਲਾਵਾ ਅਸੀਂ ਗੁਰੂ ਸਾਹਿਬ ਦੀਆਂ ਚਾਰ ਜੋ ਯੁੱਧ ਹਨ ਉਹਨਾਂ ਨੂੰ ਵੀ ਜਿਹੜਾ ਹੈ ਆਪਣੀ ਹਿਸਟਰੀ ਦੇ ਵਿੱਚ ਸਟੱਡੀ ਕਰਦੇ ਹਾਂ। ਗੁਰੂ ਸਾਹਿਬ ਦੁਆਰਾ ਜਿਹੜੇ ਚਾਰ ਯੁੱਧ ਲੜੇ ਗਏ ਹਨ ਉਹਨਾਂ ਨੂੰ ਡਿਟੇਲ ਵਿੱਚ ਇੱਕ ਵਾਰੀ ਦੇਖ ਲੈਂਦੇ ਹਾਂ। ਜਿਸ ਤਰ੍ਹਾਂ ਜਹਾਂਗੀਰ 28 ਅਕਤੂਬਰ 1627 ਨੂੰ ਉਸਦੀ ਡੈਥ ਹੋ ਜਾਂਦੀ ਹੈ ਅਤੇ ਸ਼ਾਹਜਹਾਂ ਜਦੋਂ ਗੱਦੀ 'ਤੇ ਬੈਠਦਾ ਤਾਂ ਰਿਲੇਸ਼ਨ ਅੱਛੇ ਨਹੀਂ ਹੁੰਦੇ ਸ਼ਾਹਜਹਾਂ ਦੇ ਨਾਲ। ਠੀਕ ਹੈ, ਚਾਰ ਯੁੱਧ ਜਿਹੜੇ ਸਨ ਉਹ ਲੜੇ ਜਾਂਦੇ ਸਨ। ਪਹਿਲੇ ਯੁੱਧ ਦਾ ਕੀ ਕਾਰਨ ਸਨ? ਜਦੋਂ ਗੁਰੂ ਸਾਹਿਬ ਅਟਾਰੀ ਵੱਲ ਸ਼ਿਕਾਰ ਖੇਡਣ ਜਾਂਦੇ ਹਨ ਤਾਂ ਸ਼ਾਹਜਹਾਂ ਵੀ ਸ਼ਿਕਾਰ ਖੇਡਣ ਆਇਆ ਹੁੰਦਾ ਹੈ। ਸ਼ਾਹਜਹਾਂ ਦਾ ਜੋ ਬਾਜ ਹੈ ਉਹ ਕਿਸੇ ਜਾਨਵਰ ਦੇ ਪਿੱਛੇ ਛੱਡਿਆ ਜਾਂਦਾ ਹੈ ਜੋ ਗੁਰੂ ਸਾਹਿਬ ਜੀ ਦੇ ਦੁਆਰਾ ਫੜ ਲਿਆ ਜਾਂਦਾ ਕਿਉਂਕਿ ਗੁਰੂ ਸਾਹਿਬ ਕੋਲ ਆਣ ਕੇ ਰੁਕਦਾ ਹੈ। ਗੁਰੂ ਸਾਹਿਬ ਇਸ ਨੂੰ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਜੋ ਬਾਜ ਸੀ ਉਹ ਇਹਨਾਂ ਗੁਰੂ ਸਾਹਿਬ ਦੇ ਦੁਆਰਾ ਫੜਿਆ ਗਿਆ ਸੀ। ਇਸਦੇ ਬਾਦਸ਼ਾਹ ਨੂੰ ਗੁੱਸਾ ਹੁੰਦਾ ਹੈ ਅਤੇ ਉਹ ਮੁਖਲਿਸ ਖਾਨ ਜੋ ਸੈਨਾਪਤੀ ਸੀ ਉਹਨੂੰ 7000 ਸਿਪਾਹੀ ਦੇ ਕੇ ਗੁਰੂ ਸਾਹਿਬ ਤੋਂ ਬਾਜ ਵਾਪਸ ਲੈਣ ਲਈ ਭੇਜਦਾ ਹੈ। 23 ਜੇਠ ਸੰਮਤ 1685 ਈਸਵੀ ਨੂੰ ਮੁਖਲਿਸ ਖਾਨ ਜੋ ਹੈ ਉਹ ਅੰਮ੍ਰਿਤਸਰ 'ਤੇ ਚੜ੍ਹਾਈ ਕਰਦਾ ਹੈ। 3 ਦਿਨ ਯੁੱਧ ਹੁੰਦਾ ਰਹਿੰਦਾ ਹੈ। ਉਸ ਤੋਂ ਬਾਅਦ ਮੁਖਲਿਸ ਖਾਨ ਮਾਰਿਆ ਜਾਂਦਾ ਹੈ ਅਤੇ ਸ਼ਾਹੀ ਫੌਜਾਂ ਵਾਪਸ ਚਲੇ ਜਾਂਦੀਆਂ ਹਨ, ਜਿੱਥੇ ਗੁਰੂ ਸਾਹਿਬ ਦੀ ਜਿੱਤ ਜੋ ਹੈ ਉਹ ਮੰਨੀ ਜਾਂਦੀ ਹੈ। ਠੀਕ ਹੈ, ਜਿੱਥੇ ਗੁਰੂ ਸਾਹਿਬ ਦਾ ਯੁੱਧ ਹੋਇਆ ਸੀ ਅੱਜ ਕੱਲ੍ਹ ਉੱਥੇ ਗੁਰਦੁਆਰਾ ਸੰਘਰਾਣਾ ਸਾਹਿਬ ਜੋ ਹੈ ਉਹ ਮੌਜੂਦ ਹੈ। ਇਹ ਸੀ ਪਹਿਲਾ ਯੁੱਧ। ਉਸ ਤੋਂ ਬਾਅਦ ਦੂਸਰਾ ਯੁੱਧ ਜੋ ਹੈ ਗੁਰੂ ਸਾਹਿਬ ਦਾ, ਇਸ ਤੋਂ ਇਲਾਵਾ ਜੋ ਦੂਸਰਾ ਯੁੱਧ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਸ਼੍ਰੀ ਹਰਗੋਬਿੰਦਪੁਰਾ ਵਿੱਚ ਇਹ ਹੁੰਦਾ ਹੈ। ਸ਼੍ਰੀ ਹਰਗੋਬਿੰਦਪੁਰਾ ਵਿੱਚ ਇੱਕ ਬਰਸਾਤ ਦੇ ਟਾਈਮ ਪੀਰੀਅਡ 'ਤੇ ਗੁਰੂ ਸਾਹਿਬ ਕੀ ਕਰਦੇ ਹਨ? ਇੱਥੇ ਰਾਤ ਕੱਟਣ ਵਾਸਤੇ ਆਉਂਦੇ ਹਨ। ਇਲਾਕੇ ਦਾ ਚੌਧਰੀ ਭਗਵਾਨ ਦਾਸ ਕਿਰਨ ਜੋ ਸੀ ਉਸਨੂੰ ਗੁਰੂ ਜੀ ਦਾ ਆਉਣਾ ਚੰਗਾ ਨਹੀਂ ਲੱਗਦਾ ਅਤੇ ਉਹ ਗੁਰੂ ਸਾਹਿਬ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਤੋਂ ਬਾਅਦ ਗੁਰੂ ਸਾਹਿਬ ਦਾ ਜੋ ਝਗੜਾ ਹੈ ਉਹਦੇ ਨਾਲ ਜ਼ਿਆਦਾ ਵੱਧ ਜਾਂਦਾ ਹੈ ਅਤੇ ਗੁਰੂ ਸਾਹਿਬ ਜੋ ਸੀ ਉਹਨਾਂ ਦੇ ਦੁਆਰਾ ਭਗਵਾਨ ਦਾਸ ਜੋ ਹੈ ਉਹ ਮਾਰਿਆ ਜਾਂਦਾ ਹੈ। ਭਗਵਾਨ ਦਾਸ ਦੇ ਮਾਰਨ ਤੋਂ ਬਾਅਦ ਰਤਨ ਚੰਦ ਜੋ ਹੈ ਆਪਣੇ ਪਿਓ ਦਾ ਬਦਲਾ ਲੈਣਾ ਚਾਹੁੰਦਾ ਸੀ। ਠੀਕ ਹੈ, ਅਤੇ ਰਤਨ ਚੰਦ ਪਿਓ ਦਾ ਬਦਲਾ ਲੈਣ ਲਈ ਚੰਦੂ ਦੇ ਪੁੱਤਰ ਕਰਮਚੰਦ ਨੂੰ ਨਾਲ ਲੈ ਕੇ ਸੂਬਾ ਜਲੰਧਰ ਅਬਦੁੱਲਾ ਖਾਨ ਦੇ ਕੋਲ ਜਾਂਦਾ ਹੈ ਅਤੇ ਉੱਥੇ ਫਰਿਆਦ ਕਰਦਾ ਹੈ। ਅਬਦੁੱਲਾ ਖਾਨ ਜੋ ਸੀ ਉਹ ਆਪਣੇ 10000 ਸਿਪਾਹੀ ਲੈ ਕੇ ਗੁਰੂ ਸਾਹਿਬ 'ਤੇ ਚੜ੍ਹਾਈ ਕਰ ਦਿੰਦਾ ਹੈ। ਉਸੇ ਸਮੇਂ 1630 ਦੇ ਵਿੱਚ ਰਤਨ ਚੰਦ, ਕਿਰਨ, ਕਰਮਚੰਦ ਅਤੇ ਅਬਦੁੱਲਾ ਖਾਨ ਜੋ ਹੈ ਇਹ ਸਾਰੇ ਜਲੰਧਰ ਵਿੱਚ ਗੁਰੂ ਸਾਹਿਬ ਦੇ ਦੁਆਰਾ ਮਾਰੇ ਜਾਂਦੇ ਹਨ ਅਤੇ ਦੂਸਰੀ ਲੜਾਈ ਦਾ ਵੀ ਅੰਤ ਹੋ ਜਾਂਦਾ ਹੈ। ਤੀਸਰਾ ਯੁੱਧ ਜੋ ਹੈ ਇਹ ਸੰਮਤ 1688 ਈਸਵੀ ਨੂੰ ਹੁੰਦਾ ਹੈ। ਇਹਦੇ ਵਿੱਚ ਸਿੱਖਾਂ ਵਾਸਤੇ ਜੋ ਕਾਬੁਲ ਤੋਂ ਘੋੜੇ ਲੈ ਕੇ ਆਏ ਜਾਂਦੇ ਹਨ, ਬਹੁਤ ਹੀ ਵਧੀਆ ਘੋੜੇ ਸਨ, ਲੇਕਿਨ ਮੁਗਲ ਫੌਜਾਂ ਰਸਤੇ ਵਿੱਚ ਇਸ ਨੂੰ ਖੋਹ ਲੈਂਦੀਆਂ ਹਨ ਤਾਂ ਭਾਈ ਬਿਧੀ ਚੰਦ ਜੀ ਜੋ ਹਨ ਉਹਨਾਂ ਨੂੰ ਇਹ ਕੰਮ ਸੌਂਪਿਆ ਜਾਂਦਾ ਹੈ ਕਿ ਇਹ ਜਿੰਨੇ ਵੀ ਘੋੜੇ ਹਨ ਤੁਸੀਂ ਵਾਪਸ ਲੈ ਕੇ ਆਓ। ਜਦੋਂ ਬਿਧੀ ਚੰਦ ਜੀ ਜਿਹੜੇ ਅਸਤਵਲ ਤੋਂ ਘੋੜੇ ਵਾਪਸ ਲੈ ਕੇ ਆਉਂਦੇ ਹਨ ਤਾਂ ਗੁਰੂ ਸਾਹਿਬ ਦੁਆਰਾ ਉਹਨਾਂ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਂਦਾ ਹੈ ਅਤੇ ਇਹ ਵੀ ਮੁਗਲ ਬਾਦਸ਼ਾਹ ਦੀ ਇੱਕ ਤਰ੍ਹਾਂ ਦਾ ਹਾਰ ਮੰਨੀ ਜਾਂਦੀ ਹੈ। ਇਸ 'ਤੇ ਸ਼ਾਹਜਹਾਂ ਲੱਲਾ ਬੇਗ ਆਪਣੇ ਜਨਰਲ ਨੂੰ 50,000 ਫੌਜ ਦੇ ਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਭੇਜ ਦਿੰਦਾ ਹੈ ਕਿ ਉਹਨਾਂ ਦੇ ਦੁਆਰਾ ਉਹਦੇ ਅਸਤਵਲ ਤੋਂ ਘੋੜੇ ਚੋਰੀ ਕੀਤੇ ਗਏ ਹਨ। ਠੀਕ ਹੈ, ਲੇਕਿਨ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਹੌਸਲੇ ਦੇ ਨਾਲ ਸਿੱਖ ਸੈਨਾ ਦੇ ਦੁਆਰਾ ਇਸ ਹਮਲੇ ਨੂੰ ਵੀ ਖਤਮ ਕਰ ਦਿੱਤਾ ਜਾਂਦਾ। ਇਸ ਹਮਲੇ ਨੂੰ ਵੀ ਉਹਨਾਂ ਦੇ ਦੁਆਰਾ ਜੋ ਹੈ ਲਲਕਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ 1200 ਦੇ ਕਰੀਬ ਸਿੱਖ ਜੋ ਹਨ ਉਹ ਇਸ ਵਿੱਚ ਸ਼ਹੀਦ ਹੋ ਜਾਂਦੇ ਹਨ। ਲੇਕਿਨ ਜੇ ਦੂਜੀ ਤਰਫ ਦੇਖੋ ਤਾਂ ਲੱਲਾ ਵੇਖ ਕੇ ਉਹਦੇ ਸੈਨਾਪਤੀ ਪੁੱਤਰ ਜੋ ਸਨ ਉਹ ਵੀ ਅਤੇ ਹੋਰ ਕਈ ਜਰਨੈਲ ਜਿਹੜੇ ਸਨ ਉਹ ਮਾਰੇ ਗਏ ਸਨ। ਇਸ ਤਰ੍ਹਾਂ ਇਹ ਜਿੱਤ ਵੀ ਜਿਹੜੀ ਹੈ ਜ਼ਿਆਦਾਤਰ ਦੇਖੋ ਤਾਂ ਗੁਰੂ ਸਾਹਿਬ ਦੇ ਹੱਥ ਵਿੱਚ ਹੀ ਰਹੀ ਸੀ। ਉਹਦਾ ਚੌਥੀ ਜੰਗ ਦੀ ਗੱਲ ਕਰਦੇ ਹਾਂ। ਚੌਥੀ ਜੰਗ ਦੇ ਵਿੱਚ ਗੁਰੂ ਜੀ ਅਤੇ ਸ਼ਾਹੀ ਫੌਜਾਂ ਕਰਤਾਰਪੁਰ ਜ਼ਿਲ੍ਹਾ ਜਲੰਧਰ ਜੋ ਹੈ ਉੱਥੇ ਆਹਮੋ ਸਾਹਮਣੇ ਹੁੰਦੀਆਂ ਹਨ, ਜਿਹਦੇ ਵਿੱਚ ਮਹਿਰਾਜ ਇਸ ਨੂੰ ਅਸੀਂ ਮਹਿਰਾਜ ਦੀ ਜੰਗ ਵੀ ਬੋਲਦੇ ਹਾਂ। ਠੀਕ ਹੈ,
ਮਹਿਰਾਜ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਜੋ ਸੀ ਉਹ ਕਰਤਾਰਪੁਰ ਸਾਹਿਬ ਆ ਗਏ ਸੀ। ਉਸ ਤੋਂ ਬਾਅਦ ਇੱਥੇ ਹੀ ਗੁਰੂ ਸਾਹਿਬ ਦੇ ਦੁਆਰਾ ਜੋ ਹੈ ਕੁਛ ਸਮਾਂ ਆਰਾਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਵਿੱਚ ਜੋ ਉਹਨਾਂ ਦੇ ਅਗਲੇ ਪੁੱਤਰ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਵਿਆਹ ਜੋ ਸੀ ਉਹ ਵੀ ਲਾਲ ਚੰਦ ਦੀ ਪੁੱਤਰੀ ਗੁਜਰੀ ਦੇ ਨਾਲ ਇਸੇ ਜਗ੍ਹਾ 'ਤੇ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਦਾ ਜਿਹੜਾ ਯੁੱਧ ਹੈ ਉਹ ਵੀ ਹੁੰਦਾ ਹੈ। ਗੁਰੂ ਸਾਹਿਬ ਕੋਲ ਕੁੱਲ 1800 ਯੋਧੇ ਸਨ। ਦੂਜੇ ਪਾਸੇ 52,000 ਜੋ ਯਲਗਾਰ ਸਨ ਮਤਲਬ ਜੋ ਇਹਨਾਂ ਦੇ ਖਿਲਾਫ ਲੋਕ ਖੜ੍ਹੇ ਸਨ, ਠੀਕ ਹੈ। 24 ਹਾੜ 1691 ਈਸਵੀ ਦੀ ਅੱਧੀ ਰਾਤ ਨੂੰ ਯੁੱਧ ਸ਼ੁਰੂ ਹੁੰਦਾ ਹੈ ਅਤੇ 25 ਹਾੜ ਨੂੰ ਯੁੱਧ ਖਤਮ ਹੋ ਜਾਂਦਾ ਹੈ। ਯੁੱਧ ਵਿੱਚ ਜਿਹੜਾ ਗੁਰੂ ਸਾਹਿਬ ਦਾ ਪਠਾਨ ਸੀ ਜਿਹੜਾ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਕਿ ਗੁਰੂ ਸਾਹਿਬ ਦੁਆਰਾ ਬਿਨਾਂ ਕਿਸੇ ਭੇਦਭਾਵ ਦੇ ਪਠਾਣਾਂ ਨੂੰ ਆਪਣੇ ਰਾਜ ਵਿੱਚ ਆਪਣੀ ਸੈਨਾ ਵਿੱਚ ਭਰਤੀ ਕੀਤਾ ਗਿਆ ਸੀ। ਉਹਦੇ ਵਿੱਚ ਇੱਕ ਸੀ ਪੈਂਦੇ ਖਾਨ ਅਤੇ ਪੈਂਦੇ ਖਾਨ ਦੇ ਗੁਰੂ ਸਾਹਿਬ ਨਾਲ ਧੋਖਾ ਕਰਦਾ ਹੈ ਅਤੇ ਯੁੱਧ ਦੇ ਵਿੱਚ ਆਪਣੇ ਵਿਰੋਧੀਆਂ ਦਾ ਸਾਥ ਦਿੰਦਾ ਹੈ। ਇਸ ਯੁੱਧ ਵਿੱਚ ਪੈਂਦੇ ਖਾਨ, ਅਸਮਾਨ ਖਾਨ, ਕਾਲੇ ਖਾਨ ਜੋ ਹੈ ਉਹ ਮਾਰੇ ਜਾਂਦੇ ਹਨ, ਜਿਸ ਵਿੱਚ ਵੀ ਗੁਰੂ ਸਾਹਿਬ ਦੀ ਜੋ ਹੈ ਉਹ ਜਿੱਤ ਹੁੰਦੀ ਹੈ। ਗੁਰੂ ਸਾਹਿਬ ਦੁਆਰਾ 4 ਜੰਗਾਂ ਲੜੀਆਂ ਜਾਂਦੀਆਂ ਪਰ 4 ਦੇ ਵਿੱਚ ਗੁਰੂ ਸਾਹਿਬ ਦੀ ਜਿੱਤ ਹੁੰਦੀ ਹੈ ਅਤੇ ਮੁਗਲ ਫੌਜਾਂ ਜਿਹੜੀਆਂ ਹਨ ਉਹ ਹਾਰ ਜਾਂਦੀਆਂ ਹਨ। ਗੁਰੂ ਸਾਹਿਬ ਦੀ ਦਲੇਰੀ ਦਾ ਅਸੀਂ ਅੰਦਾਜ਼ਾ ਇਸ ਜਗ੍ਹਾ ਤੋਂ ਲਗਾ ਸਕਦੇ ਹਾਂ ਕਿ ਇੱਕ ਪਾਸੇ ਫੌਜ ਚੜ੍ਹ ਕੇ ਆਈ ਹੈ ਅਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਦੁਆਰਾ ਆਪਣੇ ਪੁੱਤਰ ਦਾ ਵਿਆਹ ਵੀ ਨਾਲ ਹੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦੀ ਜੇਕਰ ਜੀਵਨੀ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਦੀ ਜੀਵਨੀ ਇੱਕ ਤਰ੍ਹਾਂ ਦੀ ਪ੍ਰੇਰਣਾਦਾਇਕ ਜੀਵਨੀ ਸੀ ਜਿਸਨੇ ਸਿੱਖ ਧਰਮ ਦੇ ਵਿਕਾਸ ਵਿੱਚ ਬਹੁਤ ਹੀ ਵੱਡਾ ਯੋਗਦਾਨ ਦਿੱਤਾ ਸੀ। ਇਸਦੇ ਨਾਲ ਸਾਡਾ ਅੱਜ ਦਾ ਟੌਪਿਕ ਖਤਮ ਹੁੰਦਾ ਹੈ। ਇਸ ਤੋਂ ਬਾਅਦ ਗੁਰੂ ਹਰਿਰਾਏ ਜੀ, ਗੁਰੂ ਹਰਿਕ੍ਰਿਸ਼ਨ ਜੀ ਜੋ ਹਨ ਉਹ ਅਸੀਂ ਇੱਕੋ ਟੌਪਿਕ ਵਿੱਚ ਕਵਰ ਕਰਾਂਗੇ। ਉਸਦੇ ਨਾਲ ਗੁਰੂ ਤੇਗ ਬਹਾਦਰ ਜੀ, 3 ਗੁਰੂ ਸਾਹਿਬਾਨ ਇੱਕੋ ਟੌਪਿਕ ਵਿੱਚ ਕਵਰ ਕਰਕੇ ਉਸ ਤੋਂ ਬਾਅਦ ਲਾਸਟ ਅਸੀਂ ਗੁਰੂ ਗੋਬਿੰਦ ਸਿੰਘ ਜੀ ਕਰਾਂਗੇ ਜਿਨ੍ਹਾਂ ਨੂੰ ਡਿਟੇਲ ਨਾਲ ਉਹਨਾਂ ਦੀਆਂ ਸਾਰੀਆਂ ਜੰਗਾਂ ਦੇ ਨਾਲ ਅਸੀਂ ਸਟੱਡੀ ਕਰਾਂਗੇ। ਥੈਂਕ ਯੂ।